ਭਾਰਤੀ ਜਨਤਾ ਪਾਰਟੀ ਦੇ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ ਤੇ ਸ਼ੇਅਰ ਕੀਤੇ ਗਏ ਇੱਕ ਨਵੀਂ ਵਿਗਿਆਪਨ ਵੀਡੀਓ ਤੇ ਬਵਾਲ ਉੱਠ ਖੜਾ ਹੋਇਆ ਹੈ। ਭਾਜਪਾ ਦੀ ਫਿਰਕੂ ਮਾਨਸਿਕਤਾ ਵਾਲੀ ਇਸ ਵੀਡੀਓ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਾਂਗਰਸ ਮੁਸਲਮਾਨਾਂ ਨੂੰ ਦੂਜੇ ਭਾਈਚਾਰਿਆਂ ਖਾਸ ਕਰਕੇ ਸਿੱਖ ਭਾਈਚਾਰੇ ਨਾਲੋਂ ਵੱਧ ਤਵੱਜੋ ਦਿੰਦੀ ਹੈ, ਜਿਸ ਦੀ ਵਿਆਪਕ ਨਿੰਦਾ ਤੇ ਆਲੋਚਨਾ ਹੋ ਰਹੀ ਹੈ। ਵੀਡੀਓ ਸ਼ੁੱਕਰਵਾਰ 24 ਮਈ ਨੂੰ ਜਾਰੀ ਕੀਤੀ ਗਈ ਸੀ। ਆਖਰੀ ਫੇਜ਼ ਤਹਿਤ ਪੰਜਾਬ ਵਿੱਚ ਵੋਟਿੰਗ ਹੈ, ਜਿੱਥੇ ਸਿੱਖਾਂ ਦੀ ਵੱਡੀ ਆਬਾਦੀ ਹੈ। ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਕਈ ਡਿਜੀਟਲ ਵਿਗਿਆਪਨ ਅਤੇ ਐਨੀਮੇਟਿਡ ਵੀਡੀਓ ਜਾਰੀ ਕੀਤੇ, ਜੋ ਕਥਿਤ ਤੌਰ ਤੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਮੁਸਲਿਮ ਵਿਰੋਧੀ ਬਿਆਨਬਾਜ਼ੀ ਅਤੇ ਜਾਲੀ ਦਾਅਵਿਆਂ ਦੁਆਰਾ ਹਿੰਦੂਆਂ ਵਿੱਚ ਡਰ ਪੈਦਾ ਕਰਦੇ ਹਨ। ਹਾਲਾਂਕਿ ਇਸ ਵਾਰ ਪਾਰਟੀ ਨੇ ਸਿੱਖ ਭਾਈਚਾਰੇ ਨੂੰ ਮੁਸਲਮਾਨਾਂ ਵਿਰੁੱਧ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਵਾਇਰਲ ਵੀਡੀਓ ਦੀ ਸ਼ੁਰੂਆਤ ਇੱਕ ਘਰ ਤੇ ਨਾਮ ਦੀ ਪਲੇਟ ਦਿਖਾ ਕੇ ਹੁੰਦੀ ਹੈ, ਜਿਸ ਤੇ ਲਿਖਿਆ ਹੁੰਦਾ ਹੈ ਸ਼ੇਖ ਇਰਫਾਨ, ਜਿਸ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਵਜੋਂ ਦਰਸਾਇਆ ਗਿਆ ਹੈ। ਇੱਕ ਵਿਅਕਤੀ ਸਿੱਖ ਵਿਅਕਤੀ ਦੀ ਜਾਇਦਾਦ ਨੂੰ ਇੱਕ ਫੋਨ ਕੈਮਰੇ ਵਿੱਚ ਸਕੈਨ ਕਰਦਾ ਹੋਇਆ ਨਜ਼ਰ ਆਉਂਦਾ ਹੈ, ਜਿਸ ਨਾਲ ਉਸਦਾ ਟਕਰਾਅ ਹੁੰਦਾ ਹੈ। ਸਿੱਖ ਵਿਅਕਤੀ ਉਸਦੇ ਕੰਮ ਤੇ ਸਵਾਲ ਖੜੇ ਕਰਦਾ ਹੈ। ਜਵਾਬ ਵਿੱਚ ਆਦਮੀ ਇਹ ਕਹਿੰਦੇ ਹੋਏ ਸੁਣਿਆ ਜਾਂਦਾ ਹੈ, ਰਾਹੁਲ ਜੀ ਨੇ ਕਿਹਾ ਹੈ ਬਟਵਾਰਾ ਹੋਵੇਗਾ, ਦਾ ਮਤਲਬ ਹੈ ਜੇਕਰ ਰਾਹੁਲ ਗਾਂਧੀ ਸੱਤਾ 'ਚ ਆਉਂਦੇ ਹਨ ਤਾਂ ਜਾਇਦਾਦ ਵੰਡੀ ਜਾਵੇਗੀ। ਇਸ ਦਾਅਵੇ ਦਾ ਜਵਾਬ ਦਿੰਦਿਆਂ ਸਿੱਖ ਆਦਮੀ ਜਵਾਬ ਦਿੰਦਾ ਹੈ, ਇੱਕ ਬਟਵਾਰਾ ਕਰਕੇ ਤੁਹਾਡਾ ਢਿੱਡ ਨਹੀਂ ਭਰਿਆ, ਜਿਸ ਵਿੱਚ ਦੇਸ਼ ਦੀ ਪਿਛਲੀ ਵੰਡ ਦਾ ਉਹ ਹਵਾਲਾ ਦਿੰਦਾ ਹੈ। ਰਾਹੁਲ ਜੀ ਨਿਆਂ ਦੇ ਲਈ ਬਟਵਾਰਾ ਕਰ ਰਹੇ ਨੇ। ਸਕੈਨ ਕਰ ਰਿਹਾ ਆਦਮੀ ਦਲੀਲ ਦਿੰਦਾ ਹੈ ਕਿ ਰਾਹੁਲ ਜੀ ਨਿਆਂ ਦੇ ਲਈ ਇਹ ਬਟਵਾਰਾ ਕਰ ਰਹੇ ਹਨ। ਉਹ ਆਦਮੀ ਜਵਾਬ ਦਿੰਦਾ ਹੈ, ਵੀਡੀਓ ਵਿੱਚ ਅੱਗੇ ਸਿੱਖ ਵਿਅਕਤੀ ਨੂੰ ਇਰਫਾਨ ਮੀਆਂ ਦੀ ਜਾਇਦਾਦ ਨੂੰ ਸਕੈਨ ਕਰਨ ਦਾ ਸੁਝਾਅ ਦਿੰਦੇ ਹੋਏ ਦਿਖਾਈ ਦਿੰਦੀ ਹੈ, ਜੋ ਕਿ ਮੁਸਲਿਮ ਭਾਈਚਾਰੇ ਦਾ ਹਵਾਲਾ ਦਿੱਤਾ ਹੈ। ਉਹ ਆਦਮੀ ਜਵਾਬ ਦਿੰਦਾ ਹੈ, ਇਰਫਾਨ ਮੀਆਂ ਦੀ ਜਾਇਦਾਦ ਦੇ ਨਾਲ ਨਿਆਂ ਕਰੋਗੇ, ਉਹਨਾਂ ਤੋਂ ਲਿਆ ਤਾਂ ਕਾਂਗਰਸ ਵਿੱਚ ਥਾਂ ਨਹੀਂ ਮਿਲੇਗੀ। ਬਹੁਤ ਸਾਰੇ ਲੋਕਾਂ ਨੇ ਵੀਡੀਓ ਵਿੱਚ ਸਿੱਖ ਕਿਰਦਾਰ ਵੱਲ ਧਿਆਨ ਖਿੱਚਿਆ ਹੈ ਅਤੇ ਨੋਟਿਸ ਕੀਤਾ ਹੈ, ਕਿਉਂਕਿ ਪੰਜਾਬ ਵਿੱਚ ਸਿੱਖਾਂ ਦਾ ਵੱਡਾ ਦਬਦਬਾ ਹੈ ਅਤੇ 13 ਹਲਕਿਆਂ ਵਿੱਚ 1 ਜੂਨ ਨੂੰ ਵੋਟਿੰਗ ਹੋਣੀ ਹੈ। ਇਸ ਲਈ ਭਗਵਾਂ ਪਾਰਟੀ ਹੁਣ ਵੋਟਾਂ ਹਾਸਲ ਕਰਨ ਲਈ ਸਿੱਖਾਂ ਨੂੰ ਮੁਸਲਮਾਨਾਂ ਦੇ ਵਿਰੁੱਧ ਖੜਾ ਕਰ ਰਹੀ ਹੈ। 6ਵੇਂ ਪੜਾਅ ਵਿੱਚ ਦੂਜੇ ਸਭ ਤੋਂ ਵੱਧ ਸਿੱਖ ਆਬਾਦੀ ਵਾਲੇ ਸੂਬੇ ਹਰਿਆਣਾ ਵਿੱਚ ਸਾਰੀਆਂ 10 ਲੋਕ ਸਭਾ ਸੀਟਾਂ ਲਈ ਵੋਟਿੰਗ ਹੋ ਚੁੱਕੀ ਹੈ। ਜ਼ਿਕਰੇ ਖਾਸ ਹੈ ਕਿ ਚੱਲ ਰਹੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਗਵਾਂ ਪਾਰਟੀ ਵੱਲੋਂ ਮੁਸਲਮਾਨ ਵਿਰੋਧੀ ਬਿਆਨਬਾਜ਼ੀ ਨੂੰ ਹੋਰ ਵਧਾ ਦਿੱਤਾ ਗਿਆ ਹੈ। ਉਸਨੇ ਮੁਸਲਮਾਨਾਂ ਨੂੰ ਘੁਸਪੈਠ ਕਰਨ ਵਾਲੇ ਕਿਹਾ ਅਤੇ ਰਾਜਸਥਾਨ ਵਿੱਚ ਇੱਕ ਰੈਲੀ ਦੌਰਾਨ ਘੱਟ ਗਿਣਤੀਆਂ ਦੇ ਵਿਸ਼ਵਾਸ ਬਾਰੇ ਵਿਵਾਦਪੂਰਨ ਟਿੱਪਣੀਆਂ ਕੀਤੀਆਂ। ਕਾਂਗਰਸ ਪਾਰਟੀ ਦੀ ਕਥਿਤ ਤੌਰ 'ਤੇ ਮੁਸਲਮਾਨਾਂ ਦਾ ਦੂਜੇ ਭਾਈਚਾਰਿਆਂ ਉੱਤੇ ਪੱਖ ਲੈਣ ਦੇ ਦੋਸ਼ ਵੀ ਲਗਾਏ। ਮੋਦੀ ਦੀਆਂ ਟਿੱਪਣੀਆਂ ਦੀ ਵਿਰੋਧੀ ਧਿਰ ਦੁਆਰਾ ਨਿੰਦਾ ਕੀਤੀ ਗਈ ਹੈ। ਕਾਂਗਰਸ ਪਾਰਟੀ ਨੇ ਭਾਰਤ ਦੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।